हाँ जी टेक सिंह भाजी, अज पंजाब कप हो रहा वा। हाँ जी, पंजाबी चैंपियनशिप हो रही है, पंजाबी। हाँ जी, हाँ जी, ਇਹਦੇ ਵਿੱਚ ਤੁਸੀਂ ਸਾਨੂੰ ਦੱਸੋ ਵੀ ਇਹ ਕਿੱਦਾਂ ਦਾ ਤੁਹਾਨੂੰ ਲੱਗ ਰਿਹਾ ਜੀ ਟੂਰਨਾਮੈਂਟ? ਇਹ ਬਹੁਤ ਵਧੀਆ ਟੂਰਨਾਮੈਂਟ ਲੱਗ ਰਿਹਾ ਜੀ, ਅਸੀਂ ਹਰ ਸਾਲ ਹਿੱਸਾ ਲੈਂਦੇ ਹਾਂ ਅਤੇ ਹੁਣ ਇਹ ਆਪਣੀ ਗੋਲਡਨ ਜੁਬਲੀ 'ਤੇ ਮਨਾ ਰਿਹਾ ਇਸ ਸਾਲ। ਹਾਂਜੀ ਹਾਂਜੀ, ਬਹੁਤ ਚੰਗਾ ਲੱਗ ਰਿਹਾ, ਖੁਸ਼ ਹਾਂ। ਠੀਕ ਹੈ ਜੀ। ਅੱਛਾ ਇੱਕ ਤਰੀਕ ਸਿੰਘ ਭਾਅ ਜੀ, ਇਸ ਟੂਰਨਾਮੈਂਟ ਨੇ ਬਹੁਤ ਤਰੱਕੀ ਕੀਤੀ ਆ ਜਦੋਂ ਦਾ ਟੂਰਨਾਮੈਂਟ ਹੋ ਰਿਹਾ ਵਾ, ਤੁਸੀਂ ਇਹਦੇ ਵਾਸਤੇ ਆਪਾਂ ਇਹਨੂੰ ਗੇਮਾਂ ਦੇ ਵਿੱਚ ਹਿੱਸਾ ਦਿਵਾਉਣਾ ਚਾਹੁੰਦੇ ਹਾਂ, ਮੈਂ ਬੁਰਾ ਬੁਰਾ ਜ਼ੋਰ ਲਾ ਰਿਹਾ, ਅਤੇ ਇਹ ਜੇ ਗੇਮਾਂ 'ਚ ਐਂਟਰ ਹੋ ਜਾਂਦਾ ਤੁਹਾਡਾ ਕੀ ਵਿਚਾਰ ਆ? ਨਹੀਂ, ਇਹ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ, ਅਤੇ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਡੀ ਇਹ ਗੇਮ ਜਿਹੜੀ ਕਬੂਤਰਬਾਜ਼ੀ ਹੈਗੀ ਆ ਅਤੇ ਉੱਪਰ ਤੋਂ ਉੱਪਰ ਜਾਵੇ, ਬੁਲੰਦੀਆਂ 'ਤੇ ਜਾਵੇ, ਅਸੀਂ ਇਹੀ ਸਾਡੀ ਇਹ ਕਾਮਨਾ ਵੀ ਹੈ। ਅਤੇ ਇਹ ਟੇਕ ਸਿੰਘ ਜੀ, ਇੱਕ ਮੈਂ ਗੱਲ ਪੁੱਛਣੀ ਚਾਹੁੰਦਾ, ਅੱਜ ਤੁਹਾਨੂੰ ਇੰਨਾ ਪਤਾ ਵੀ ਅੱਜ ਵਰਲਡ ਕੱਪ ਵੀ ਹੋ ਰਿਹਾ ਵਾ? ਹਾਂਜੀ, ਵਰਲਡ ਕੱਪ ਹੋ ਰਿਹਾ, ਇਹਦੇ ਬਾਰੇ ਮੈਨੂੰ ਤੁਸੀਂ ਦੱਸਿਆ ਵੀ ਸੀ ਅਤੇ ਮੈਂ ਪੜ੍ਹਿਆ ਵੀ ਹੈ, ਅਤੇ ਰੋਜਰ ਸੰਧੂ ਸਾਹਿਬ NRI ਬੰਦੇ ਜਿਹੜੇ ਕਰਾ ਰਹੇ ਆ। ਹਾਂਜੀ ਹਾਂਜੀ, ਅਤੇ ਇਸ ਵਾਰ ਤਾਂ ਮੈਂ ਨਹੀਂ ਹਿੱਸਾ ਲੈ ਰਿਹਾ, ਪੰਜਾਬ ਕੱਪ ਦੇ ਵਿੱਚ ਹਿੱਸਾ ਲੈ ਰਿਹਾ। ਠੀਕ ਹੈ ਜੀ, ਅਤੇ ਨੈਕਸਟ ਟਾਈਮ ਆਈ ਵਿਲ ਟਰਾਈ। ਠੀਕ, ਥੈਂਕ ਯੂ ਭਾਜੀ। ਅੱਛਾ ਇੱਕ ਭਾਜੀ, ਮੈਂ ਇੱਕ ਤੁਹਾਨੂੰ ਥੋੜ੍ਹਾ ਜਿਹਾ ਪੁੱਛਣਾ ਚਾਹੁੰਦਾ ਹਾਂ, ਅੱਜ ਤੁਹਾਡੇ ਘਰ ਸਰਵਨ ਸਿੰਘ ਪਹੁੰਚਿਆ ਵਰਲਡ ਚੈਂਪੀਅਨ, ਤੁਹਾਨੂੰ ਉਹਨਾਂ ਬਾਰੇ ਕੀ ਹੈ ਵਿਚਾਰ? ਸਰਵਨ ਸਿੰਘ ਜੀ ਆਪਣੇ ਜ਼ਮਾਨੇ ਦੇ ਬਹੁਤ ਵੱਡੇ ਖਿਡਾਰੀ ਰਹੇ ਆ, ਅਤੇ ਅਸੀਂ ਨਵੀਂ ਜਨਰੇਸ਼ਨ ਦੇ ਵਿੱਚ ਅੱਜ ਤੋਂ 10-12 ਸਾਲ ਪਹਿਲਾਂ ਉਡਾਉਣੇ ਸ਼ੁਰੂ ਕੀਤੇ ਆ, ਅਤੇ ਸਾਡੇ ਤੋਂ ਸੀਨੀਅਰ ਖਿਡਾਰੀ ਹੈ ਅਤੇ ਪਹਿਲਾਂ ਇਹਨੀ ਕਬੂਤਰ ਕਾਫੀ ਉਡਾਏ ਹੋਏ ਆ। ਅੱਛਾ ਟੇਕ ਸਿੰਘ ਭਾਅ ਜੀ, ਇੱਕ ਮੈਂ ਹੋਰ ਤੁਹਾਡਾ ਛੋਟਾ ਜਿਹਾ ਜਵਾਬ ਪੁੱਛਣਾ ਚਾਹੁੰਦਾ, ਇਹ ਜਿਹੜੇ ਅੱਜ ਮੈਂ ਤੁਹਾਡੇ ਘਰ ਪਹੁੰਚਿਆ 12 ਵੱਜ ਚੁੱਕੇ ਆ, ਅਤੇ ਇਹਦੇ ਵਿੱਚ ਤੁਹਾਡੇ ਕਬੂਤਰ ਕਿੰਨੇ ਉੱਡ ਰਹੇ ਇਸ ਵੇਲੇ? ਇਸ ਵੇਲੇ ਜੀ ਮੇਰੇ 6 ਦੇ 6 ਕਬੂਤਰ ਉੱਪਰ ਆ ਜੀ, ਅਤੇ 6 ਕਬੂਤਰ ਉੱਡ ਰਹੇ ਨੇ। ਹਾਂਜੀ, ਅਤੇ ਟੇਕ ਸਿੰਘ ਭਾਅ ਜੀ, ਇੱਕ ਇਹਦੇ ਬਾਰੇ ਮੈਂ ਹੋਰ ਥੋੜ੍ਹਾ ਜਿਹਾ ਜਵਾਬ ਦੇਣਾ ਚਾਹੁੰਦਾ ਤੁਹਾਨੂੰ, ਇਹ ਤੁਹਾਡੀ ਆਈਡੀਆ ਦੇ ਹਿਸਾਬ ਨਾਲ ਕਿੰਨੇ ਕੁ ਘੰਟੇ ਅੱਜ ਪੰਜਾਬ 'ਚ ਬਣ ਗਿਆ ਜੀ? ਮੌਸਮ ਬਹੁਤ ਵਧੀਆ ਪੰਜਾਬ ਦਾ, ਅਤੇ ਅੱਜ ਕਿੰਨੇ ਕੁ ਹੈਟ੍ਰਿਕ ਆਪਾਂ ਮਾਰਾਂਗੇ ਸਾਰੇ ਕਬੂਤਰ ਖਿਲਾੜੀ ਪੰਜਾਬ ਦੇ? ਦੇਖੋ ਜੀ, ਜਿਹੜੀ ਮੇਰਾ ਸਵਾਲ ਆ, ਮੇਰੀ ਗੇਮ ਦਾ ਸਵਾਲ ਆ, ਸਾਡੇ ਜਿਹੜਾ ਬਾਜ ਬਹੁਤ ਪੈ ਰਿਹਾ, ਬਾਜ 'ਤੇ ਡਿਪੈਂਡ ਆ, ਅਤੇ ਗੇਮ ਤਾਂ ਅੱਗੇ ਵੀ ਲਾਸਟ ਵੀਕ ਵੀ ਹੋਈ ਹੈ ਇੱਕ ਵਿਲੇਜ ਦੀ ਗੇਮ, ਉਹਦੇ ਵਿੱਚ ਸਾਡੇ 62 ਘੰਟੇ ਬਣੇ ਆ, ਅਤੇ ਉੱਦਾਂ 72 ਘੰਟੇ ਦੇ ਮੇਰੇ ਬਣ ਚੁੱਕੇ ਆ ਪਹਿਲਾਂ ਇਹਨਾਂ ਦੇ ਪੰਜਾਬ ਕੱਪ ਦੇ ਵਿੱਚ ਹੀ, ਅਤੇ ਅੱਜ ਵੀ ਹੋ ਸਕਦਾ 72 ਘੰਟੇ ਵੀ ਬਣ ਸਕਦੇ ਨੇ, ਕੋਈ ਬੜੀ ਗੱਲ ਨਹੀਂ ਹੈ। ਥੈਂਕ ਯੂ ਟੇਕ ਸਿੰਘ ਭਾਅ ਜੀ, ਮੈਂ ਤੁਹਾਡੇ ਇੰਟਰਵਿਊ ਇਹ ਕਰਨ ਰਿਹਾ, ਇਹ ਤੁਹਾਡੀ ਇਹ ਜਿਹੜੀ ਇੰਟਰਵਿਊ ਆ ਸਾਡੇ ਨੈੱਟ ਦੇ ਉੱਤੇ ਚੱਲੂਗੀ, ਅਤੇ ਤੁਸੀਂ ਜ਼ਰੂਰ ਦੇਖਣਾ, ਲਾਈਕ ਵੀ ਇਹਨੂੰ ਕਰਨਾ। ਅਤੇ ਬਾਕੀ ਇੱਕ ਭਾਅ ਜੀ, ਮੈਂ ਤੁਹਾਡੇ ਜਿਹੜੇ ਜੱਜ ਆ ਉਹਨਾਂ ਦੀ ਇੰਟਰਵਿਊ ਥੋੜ੍ਹੀ ਜਿਹੀ ਲੈਣੀ ਚਾਹੁੰਦਾ। ਠੀਕ ਹੈ, ਉਹ ਜੱਜ ਕਿਹੜੀ ਜਗ੍ਹਾ ਤੋਂ ਭਾਈ ਸਾਹਿਬ ਤੁਸੀਂ ਆਏ ਹੋਏ ਆ? ਮੈਂ ਜੀ ਕੋਟਕਲਾ। ਕੋਟਕਲਾ ਇਹ ਕਿੱਥੇ ਆ ਜੀ? ਇਹਗਾ ਜਲੰਧਰ ਦੇ। ਤੇ ਤੁਸੀਂ ਕਿੰਨਾ ਵੱਲੋਂ ਜੱਜ ਆਏ ਆ ਇਸ ਵੇਲੇ? ਜਿਨ੍ਹਾਂ ਦੇ ਖੁੱਡੇ ਤੋਂ ਆਏ ਆ ਤੁਸੀਂ? ਇਹ ਕਾਢੀ। ਅੱਛਾ ਜੀ, ਆਪਣੇ ਜਿਹੜੇ ਹੈਗੇ ਜੰਡੂ ਸਿੰਘ ਤੋਂ ਕਾਢੀ ਭਾਅ ਜੀ? ਠੀਕ ਆ ਜੀ। ਭਾਅ ਜੀ ਤੁਸੀਂ ਇਹ ਜੱਜਿੰਗ ਤੁਸੀਂ ਕਿੰਨੇ ਸਾਲ ਤੋਂ ਕਰ ਰਹੇ ਇਸ ਲਾਈਨ 'ਚ? ਮੈਨੂੰ ਤਾਂ ਹੋਈ ਗਿਆ ਜੀ, 5-6 ਸਾਲ ਕਰਦੇ। ਤੇ ਅੱਛਾ ਜੀ, ਹੁਣ ਤੁਹਾਨੂੰ ਟੇਕ ਸਿੰਘ ਜੀ ਦਾ ਕਬੂਤਰ ਕਿੱਦਾਂ ਉੱਡਦੇ ਚੰਗੇ ਲੱਗ ਰਿਹਾ? ਵਧੀਆ ਉੱਡਦੇ ਜੀ। ਥੈਂਕ ਯੂ ਭਾਅ ਜੀ ਬੇਟੇ, ਓਕੇ, ਥੈਂਕ ਯੂ।